वाहिगुरु जी का खालसा, वाहिगुरु जी की फतेह। स्टेपिंग स्टोन पीएसएल रीडर 5 विच तुहाडा सारिआं दा स्वागत है। मैं अरशिंदरपाल कौर अज तुहाडे लई पाठ नंबर 3 समरी राइटिंग लैके आई हाँ। तुसी पिछले हफ्ते ओंकार एक प्यारा बच्चा कहानी पढ़ी सी, ते मैनू उम्मीद है कि तुसी अपना होमवर्क भी जिहड़ा घर दा काम तुहानूं दित्ता सी ओह भी चंगी तरह कीता होवेगा। चलो अज असी नवा पाठ जिदे विच असी नवीआं गल्लां सिखांगे, भावें कहानी उही है पर इहदे विच कुछ तुसी नवा सिखोगे। सब तो पहला ग्रैमर पॉइंट्स जिहड़े हैगे आ उहदे विच असी अज प्रोनाउंस जिहड़े वर्ड्स तुसी देख रहे हो इत्थे, उस ओ उसनू उहनां उहनां नूं असी दो तरह लिखते हैं। तुसी देखोगे इह इक्को शब्द है पर दो तरह लिखिया होया है। उस तो अगे इसे लई इस उस दे ए प्रोनाउंस पंजाबी दे विच ओ शब्द हन जेडे के असी किसे भी लिखत विच ना दी थां ते वरतदे आ। असी ना बार बार वरतांगे तां साडी लिखत जेड़ी आ बोरिंग लगदी है, ओनी जेड़ी चंगी नहीं लगदी सानू। जिस तरह ओंकार इक प्यारा बच्चा, ओंकार दे मम्मी अते डैडी, जे असी इस तरह बोलांगे तां सानू बार बार इको ना असी पढ़ांगे ते उहदी थां ते लिखत नूं सोहणा बनाउण वास्ते इंटरेस्टिंग बनाउण वास्ते असी प्रोनाउंस वरतदे हां। ठीक है, सो अंग्रेजी शब्द तुहाडे कोले लिखे ने, तुहानूं पता है कि तुसी इन्हां शब्दां दे की मायने ने, की अर्थ हन, ते हुण तुसी इस लिखत विच ए शब्द वरतोगे। समरी राइटिंग इहदे बारे असीं सिखांगे कि किसे लिखत नूं समराइज़ करना, संखेप करना, जां उहदे विचों जरूरी गल्लां लभ के उहनूं छोटा करके लिखणा किवें हुंदा है। ठीक है, ओंकार इक प्यारा बच्चा। उस मुंडे दा नां ओंकार सिंह है, उसदे मम्मी अते डैडी उसनूं बहुत प्यार करदे हन। उहनां दे घर विच बहुत खिडौने नहीं हन, पर इसदा उसनूं कोई फर्क नहीं पैंदा। ਉਹ ਆਪ ਹੀ ਬਹੁਤ ਖੁਸ਼ ਰਹਿੰਦਾ ਹੈ। ਉਹ ਆਪਣੇ ਮੰਮੀ ਪਾਪਾ ਦੀ ਸਹਾਇਤਾ ਕਰਦਾ ਹੈ, ਆਪਣੀ ਛੋਟੀ ਭੈਣ ਨਾਲ ਸਮਾਂ ਬਿਤਾਉਂਦਾ ਹੈ, ਆਪਣਾ ਸਕੂਲ ਦਾ ਕੰਮ ਕਰਦਾ ਹੈ। ਜੇਕਰ ਉਸਨੂੰ ਕੋਈ ਕੰਮ ਔਖਾ ਲੱਗਦਾ ਹੈ ਤਾਂ ਉਹ ਮਦਦ ਲੈਂਦਾ ਹੈ। ਐਵੇਂ ਨਾ ਤਾਂ ਊਲ ਜਲੂਲ ਬੋਲਦਾ ਹੈ ਅਤੇ ਨਾ ਹੀ ਊਟ ਪਟਾਂਗ ਕੰਮ ਕਰਦਾ ਹੈ। ਉਹ ਓਂਕਾਰ ਬਹੁਤ ਪਿਆਰਾ ਬੱਚਾ ਹੈ, ਇਸੇ ਲਈ ਉਸਦਾ ਸਾਰਾ ਪਰਿਵਾਰ ਖੁਸ਼ ਰਹਿੰਦਾ ਹੈ। ਅਸੀਂ ਇਹ ਕਹਾਣੀ ਪਿਛਲੇ ਹਫ਼ਤੇ ਵੀ ਪੜ੍ਹੀ ਸੀ, ਅੱਜ ਵੀ ਪੜ੍ਹੀ ਹੈ, ਅਤੇ ਤੁਸੀਂ ਇਸ ਕਹਾਣੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਹੁਣ ਤੁਸੀਂ ਦੇਖੋਗੇ ਜਦੋਂ ਅਸੀਂ ਕਿਸੇ ਕਹਾਣੀ ਦੇ ਵਿੱਚੋਂ ਉਹਨੂੰ ਜ਼ਰੂਰੀ ਗੱਲਾਂ ਲੱਭ ਕੇ ਸਭ ਤੋਂ ਪਹਿਲਾਂ ਅਸੀਂ ਉਹਦਾ ਮੇਨ ਜਿਹੜਾ ਆਈਡੀਆ ਹੁੰਦਾ ਹੈ, ਮੇਨ ਥੀਮ ਹੁੰਦਾ ਕਹਾਣੀ ਦਾ, ਅਸੀਂ ਉਹ ਦੇਖਦੇ ਹਾਂ। ਫਿਰ ਉਸ ਮੇਨ ਥੀਮ ਨੂੰ ਸਪੋਰਟ ਕਰਨ ਵਾਸਤੇ ਜਿਹੜੇ ਸਾਨੂੰ ਉਹਦੇ ਵਿੱਚ ਕੁਛ ਜ਼ਰੂਰੀ ਜਿਹੜੇ ਸੈਂਟੈਂਸਿਸ ਹੁੰਦੇ, ਕੁਛ ਵਾਕ ਹੁੰਦੇ ਆ, ਅਸੀਂ ਉਹ ਚੁਣਦੇ ਹਾਂ ਤੇ ਫਿਰ ਅਸੀਂ ਉਹਨੂੰ ਛੋਟਾ ਕਰਕੇ ਲਿਖਦੇ ਹਾਂ। ਠੀਕ ਹੈ, ਸੋ ਹੁਣ ਅਸੀਂ ਇਹਦੇ ਵਿੱਚ ਦੇਖਿਆ ਕਿ ਅਸੀਂ ਓਂਕਾਰ ਇੱਕ ਪਿਆਰਾ ਬੱਚਾ ਦੀ ਗੱਲ ਕਰ ਰਹੇ ਹਾਂ, ਤੇ ਦੇਖੋ ਆਪਾਂ ਇਹਨੂੰ ਛੋਟਾ ਕਰਕੇ ਕਿਸ ਤਰ੍ਹਾਂ ਲਿਖਣਾ ਹੈ। ਓਂਕਾਰ ਇੱਕ ਪਿਆਰਾ ਬੱਚਾ ਹੈ, ਉਹ ਆਪਣੇ ਮੰਮੀ ਪਾਪਾ ਦੀ ਸਹਾਇਤਾ ਕਰਦਾ ਹੈ, ਓਂਕਾਰ ਆਪਣੀ ਛੋਟੀ ਭੈਣ ਨਾਲ ਸਮਾਂ ਬਿਤਾਉਂਦਾ ਹੈ, ਉਹ ਸਕੂਲ ਦਾ ਕੰਮ ਕਰਦਾ ਹੈ, ਉਹ ਊਲ ਜਲੂਲ ਨਹੀਂ ਬੋਲਦਾ ਹੈ, ਉਹ ਊਟ ਪਟਾਂਗ ਕੰਮ ਨਹੀਂ ਕਰਦਾ ਹੈ, ਉਹ ਓਂਕਾਰ ਬਹੁਤ ਪਿਆਰਾ ਬੱਚਾ ਹੈ। ਸੋ ਅਸੀਂ ਓਂਕਾਰ ਦੀ ਗੱਲ ਕਰਨੀ ਸੀ ਕਿ ਓਂਕਾਰ ਕਿਸ ਤਰ੍ਹਾਂ ਪਿਆਰਾ ਬੱਚਾ ਹੈ, ਕੀ ਕੁੱਝ ਉਹ ਚੰਗਾ ਕਰਦਾ ਹੈ, ਕਿਹੜੀਆਂ ਚੰਗੀਆਂ ਗੱਲਾਂ ਉਹ ਕਰਦਾ, ਕਿਹੜੀਆਂ ਖਰਾਬ ਗੱਲਾਂ ਨਹੀਂ ਕਰਦਾ। ਸੋ ਅਸੀਂ ਉਹਨਾਂ ਗੱਲਾਂ ਨੂੰ ਲਿਖ ਕੇ ਅਸੀਂ ਦੇਖਿਆ ਕਿ ਸਾਡੀ ਜਿਹੜੀ ਇਹ ਲਿਖਤ ਸੀਗੀ ਅਸੀਂ ਉਹਨੂੰ ਛੋਟਾ ਕਰਕੇ ਲਿਖ ਲਿਆ। ਠੀਕ ਹੈ, ਸੋ ਹੁਣ ਤੁਸੀਂ ਦੇਖਿਆ ਇਹਦਾ ਮੇਨ ਆਈਡੀਆ ਜਿਹੜਾ ਸੀਗਾ ਉਹ ਓਂਕਾਰ ਇੱਕ ਪਿਆਰਾ ਬੱਚਾ, ਤੇ ਉਹਨੂੰ ਸਪੋਰਟ ਕਰਨ ਵਾਸਤੇ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਉਹਦੇ ਨਾਲ ਉਹ ਸੰਖੇਪ ਕਰਕੇ ਜਿਹੜੀ ਆ ਲਿਖਤ ਤੁਹਾਡੀ ਲਿਖਤ ਛੋਟੀ ਹੋ ਗਈ, ਜ਼ਰੂਰੀ ਗੱਲਾਂ ਤੁਸੀਂ ਉਹਦੇ ਵਿੱਚੋਂ ਸਿੱਖ ਲਈਆਂ। ਸੋ ਹੁਣ ਤੁਸੀਂ ਦੇਖੋ ਇਸ ਪੈਰਾਗ੍ਰਾਫ ਦਾ ਨਾਂ ਜਿਹੜਾ ਹੈਗਾ ਉਹ ਓਂਕਾਰ ਇੱਕ ਪਿਆਰਾ ਬੱਚਾ, ਤੇ ਆਈ ਥਿੰਕ ਦਿਸ ਵਰਕਸ ਰਾਈਟ। ਸੋ ਚਲੋ ਠੀਕ ਹੈ, ਅਸੀਂ ਹੁਣ ਅੱਗੇ ਚੱਲਦੇ ਹਾਂ। ਜਿਸ ਤਰ੍ਹਾਂ ਪਿਛਲੇ ਹਫ਼ਤੇ ਤੁਸੀਂ ਆਪਣਾ ਘਰ ਦਾ ਕੰਮ ਕੀਤਾ ਸੀ, ਠੀਕ ਹੈ, ਉਸੇ ਤਰ੍ਹਾਂ ਤੁਸੀਂ ਹੁਣ ਘਰ ਦਾ ਕੰਮ ਆਪਣਾ ਕਰਨਾ ਹੈ, ਤੇ ਤੁਸੀਂ ਤੁਹਾਡੇ ਕੋਲ ਹੁਣ ਨਵਾਂ ਇੱਕ ਪੈਸੇਜ ਹੈਗਾ,
ਉਹ ਤੁਸੀਂ ਪੜੋਗੇ ਤੇ ਉਹਦੇ ਵਿੱਚੋਂ ਉਹਨੂੰ ਸਮਰਾਈਜ਼ ਕਰਕੇ ਕਿਸ ਤਰ੍ਹਾਂ ਲਿਖਣਾ ਤੁਸੀਂ ਉਹ ਸਿੱਖੋਗੇ। ਠੀਕ ਹੈ, ਮੈਂ ਇਹ ਪੈਸੇਜ ਤੁਹਾਡੇ ਲਈ ਪੜ੍ਹ ਦਿੰਦੀ ਹਾਂ। ਸੋਮਵਾਰ ਘਰ ਦਾ ਕੰਮ, ਇੱਕ ਜੋਤ ਕੌਰ, ਇੱਕ ਪਿਆਰੀ ਬੱਚੀ। ਉਸ ਕੁੜੀ ਦਾ ਨਾਂ ਇੱਕ ਜੋਤ ਕੌਰ ਹੈ। ਇੱਕ ਜੋਤ ਬਹੁਤ ਖੁਸ਼ ਰਹਿੰਦੀ ਹੈ ਕਿਉਂਕਿ ਉਹ ਸਭ ਨਾਲ ਪਿਆਰ ਕਰਦੀ ਹੈ, ਆਪਣੇ ਮੰਮੀ ਅਤੇ ਡੈਡੀ ਦੀ ਕੰਮ ਵਿੱਚ ਮਦਦ ਕਰਦੀ ਹੈ, ਆਪਣਾ ਕਮਰਾ ਸਾਫ ਰੱਖਦੀ ਹੈ, ਆਪਣੀ ਛੋਟੀ ਭੈਣ ਨਾਲ ਟਾਈਮ ਬਿਤਾਉਂਦੀ ਹੈ, ਉਸਨੂੰ ਖੇਡਣ ਲਈ ਬਾਹਰ ਲੈ ਜਾਂਦੀ ਹੈ, ਆਪਣੇ ਵੱਡੇ ਭਰਾ ਨਾਲ ਆਪਣੇ ਸਨੈਕ ਵੰਡ ਕੇ ਖਾਂਦੀ ਹੈ। ਇਸੇ ਲਈ ਸਾਰਾ ਪਰਿਵਾਰ ਖੁਸ਼ ਰਹਿੰਦਾ ਹੈ। ਸੋ ਹੁਣ ਅਸੀਂ ਇੱਕ ਜੋਤ ਦੀਆਂ ਚੰਗੀਆਂ ਗੱਲਾਂ ਜਿਹੜੀਆਂ ਇਹਦੇ ਵਿੱਚ ਪੜ੍ਹੀਆਂ ਹਨ, ਇੱਕ ਜੋਤ ਕਿਸ ਤਰ੍ਹਾਂ ਚੰਗੀ ਕੁੜੀ ਹੈ, ਸੋ ਤੁਸੀਂ ਉਹਦੇ ਬਾਰੇ, ਜਿਸ ਤਰ੍ਹਾਂ ਆਪਾਂ ਪਹਿਲਾਂ ਓਅੰਕਾਰ ਸਿੰਘ ਬਾਰੇ ਸਿੱਖਿਆ ਸੀਗਾ ਕਿ ਉਹਨੂੰ ਸੰਖੇਪ ਕਰਕੇ ਕਿਵੇਂ ਲਿਖਣਾ, ਲਿਖਤ ਨੂੰ ਛੋਟੀ ਕਿਸ ਤਰ੍ਹਾਂ ਕਰਕੇ ਲਿਖਣਾ, ਜ਼ਰੂਰੀ ਗੱਲਾਂ ਚੁਣ ਕੇ ਕਿਵੇਂ ਲਿਖਣੀਆਂ, ਉਹ ਤੁਸੀਂ ਇੱਥੇ ਇੱਕ ਜੋਤ ਕੌਰ ਬਾਰੇ ਲਿਖੋਗੇ। ਠੀਕ ਹੈ, ਇਹ ਬਹੁਤ ਸੌਖਾ ਲੱਗੇਗਾ ਤੁਹਾਨੂੰ ਕਿਉਂਕਿ ਤੁਸੀਂ ਪਹਿਲਾਂ ਸਿੱਖ ਚੁੱਕੇ ਹੋ। ਮੰਗਲਵਾਰ ਘਰ ਦਾ ਕੰਮ, ਫਿਰ ਇਹਦੇ ਵਿੱਚ ਤੁਸੀਂ ਜਿਹੜੇ ਤਿੰਨ ਪ੍ਰੋਨਾਊਨਸ ਇਸ ਕਹਾਣੀ ਦੇ ਵਿੱਚ ਆਏ ਆ, ਉਹਨਾਂ ਦੇ ਨਾਲ ਤੁਸੀਂ ਸੈਂਟੈਂਸਿਸ ਉਹ ਲਿਖੋਗੇ ਦੇ ਵਿੱਚ। ਠੀਕ, ਬੁੱਧਵਾਰ ਘਰ ਦਾ ਕੰਮ, ਤੁਸੀਂ ਟਾਈਮਰ ਸੈੱਟ ਕਰੋਗੇ, ਕਹਾਣੀ ਪੜੋਗੇ। ਠੀਕ ਹੈ, ਜਿਹੜੀ ਇਹ ਪੇਜ ਐਕਚੁਅਲੀ ਇਹ ਦਸ ਤੇ ਹੈਗੀ ਆ ਜਿਹੜੀ ਕਹਾਣੀ ਉੱਪਰ ਇੱਕ ਜੋਤ ਵਾਲੀ, ਇੱਥੇ 11 ਲਿਖਿਆ ਹੋਇਆ ਪਰ ਤੁਸੀਂ 10 ਪੇਜ ਤੇ ਕਹਾਣੀ ਪੜ੍ਹ ਲਓਗੇ। ਸੋ ਤੁਸੀਂ ਦੇਖਣਾ ਕਿ ਤੁਹਾਨੂੰ ਕਿੰਨਾ ਸਮਾਂ ਲੱਗਿਆ ਕਹਾਣੀ ਪੜ੍ਹਨ ਲਈ। ਠੀਕ ਹੈ, ਇੱਕ ਜੋਤ ਕੌਰ, ਇੱਕ ਪਿਆਰੀ ਬੱਚੀ, ਇਹ ਕਹਾਣੀ ਤੁਸੀਂ ਪੜ੍ਹਦੀ ਆ, ਕਿੰਨੇ ਮਿੰਟ ਲੱਗੇ ਉਹ ਤੁਸੀਂ ਲਿਖਣਾ ਹੈ ਸਮਾਂ। ਫਿਰ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਤੁਸੀਂ ਬਹੁਤ ਪ੍ਰੈਕਟਿਸ ਕਰਦੇ ਜਾਓਗੇ, ਅਭਿਆਸ ਕਰਦੇ ਜਾਓਗੇ, ਤੁਹਾਡੀ ਜਿਹੜੀ ਹੈਗੀ ਆ ਰਵਾਨਗੀ ਵਧਦੀ ਜਾਏਗੀ ਪੜ੍ਹਨ ਦੀ, ਤੁਸੀਂ ਜ਼ਿਆਦਾ ਸ਼ਬਦ ਪੜ੍ਹ ਸਕੋਗੇ, ਅਗਲੀਆਂ ਜਿਹੜੀਆਂ ਅੱਗੇ ਕਹਾਣੀਆਂ ਆਉਣਗੀਆਂ ਉਹਨਾਂ ਵਿੱਚ ਤੁਸੀਂ ਜ਼ਿਆਦਾ ਸ਼ਬਦ ਪੜ੍ਹ ਸਕੋਗੇ। ਠੀਕ, ਸੋ ਹੁਣ ਤੁਸੀਂ ਇਹ ਜਿਹੜੇ ਕੁਐਸਚਨਸ ਹੈਗੇ ਆ, ਪ੍ਰਸ਼ਨ ਹੈਗੇ ਆ, ਉਹਨਾਂ ਦੇ ਵਾਕ ਪੂਰੇ ਵਾਕਾਂ ਦੇ ਵਿੱਚ ਤੁਸੀਂ ਜਿਹੜੇ ਲਿਖਣੇ ਆਨਸਰਸ, ਉੱਤਰ ਲਿਖਣੇ ਆ। ਠੀਕ ਹੈ, ਸੋ ਜਿੱਦਾਂ ਮੈਂ ਤੁਹਾਨੂੰ ਪੂਰੇ, ਮੈਂ ਉਹਦੀ ਇੱਕ ਐਗਜ਼ਾਮਪਲ ਦਿੰਦੀ ਹਾਂ, ਕੁੜੀ ਦਾ ਨਾਂ ਕੀ ਹੈ। ਕੁੜੀ ਦਾ ਨਾਂ ਆਪਾਂ ਨੂੰ ਪਤਾ ਇੱਕ ਜੋਤ ਕੌਰ ਹੈ। ਜੇ ਤੁਸੀਂ ਇਕੱਲਾ ਇੱਕ ਜੋਤ ਕੌਰ ਲਿਖ ਦੋਗੇ, ਦੈਟ ਇਜ਼ ਨੋਟ ਸਫੀਸ਼ੀਐਂਟ, ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਪੂਰੇ ਵਾਕ ਵਿੱਚ ਆਨਸਰ ਕਿੱਦਾਂ ਕਰਨਾ। ਆਲਦੋ ਆਨਸਰ ਠੀਕ ਹੈ ਬਟ ਇਟਸ ਨੋਟ ਸਫੀਸ਼ੀਐਂਟ। ਠੀਕ ਹੈ, ਉਹ ਪੂਰਾ ਉੱਤਰ ਨਹੀਂ ਗਿਣਿਆ ਜਾਵੇਗਾ। ਤੁਸੀਂ ਲਿਖੋਗੇ ਕੁੜੀ ਦਾ ਨਾਂ ਇੱਕ ਜੋਤ ਕੌਰ ਹੈ। ਠੀਕ ਹੈ, ਇੱਕ ਜੋਤ ਆਪਣੀ ਭੈਣ ਨਾਲ ਕੀ ਕਰਦੀ ਹੈ, ਤੁਸੀਂ ਕਹਾਣੀ ਵਿੱਚ ਪੜ੍ਹਿਆ, ਉਹਦੇ ਨਾਲ ਟਾਈਮ ਬਿਤਾਉਂਦੀ ਹੈ। ਠੀਕ ਹੈ, ਇੱਕ ਜੋਤ ਆਪਣੇ ਵੱਡੇ ਭਰਾ ਨਾਲ ਕੀ ਕਰਦੀ ਹੈ, ਤੁਸੀਂ ਦੇਖਿਆ ਸੀ, ਪੜ੍ਹਿਆ, ਸੁਣਿਆ ਸੀ, ਤੇ ਹੁਣ ਤੁਸੀਂ ਪੜ੍ਹੋਗੇ ਵੀ ਕਿ ਉਹ ਆਪਣੇ ਭਰਾ ਦੇ ਨਾਲ ਸਨੈਕ ਵੰਡ ਕੇ ਖਾਂਦੀ ਹੈ, ਆਪਾਂ ਸਿੱਖਿਆ। ਠੀਕ, ਇੱਕ ਜੋਤ ਕਿਉਂ ਖੁਸ਼ ਰਹਿੰਦੀ ਹੈ, ਕਿਉਂਕਿ ਇੱਕ ਜੋਤ ਬਹੁਤ ਪਿਆਰੀ ਬੱਚੀ ਹੈ ਤੇ ਸਭ ਨੂੰ ਪਿਆਰ ਕਰਦੀ ਹੈ, ਇਸ ਕਰਕੇ ਉਹ ਖੁਸ਼ ਰਹਿੰਦੀ ਹੈ। ਠੀਕ, ਸੋ ਹੁਣ ਤੁਹਾਡਾ ਵੀਰਵਾਰ ਦਾ ਘਰ ਦਾ ਕੰਮ ਜਿਹੜਾ ਉਹ ਹੈਗੇ ਨੇ ਨੰਬਰ। ਠੀਕ ਹੈ, ਉਹ ਜਿਹੜੇ ਤੁਸੀਂ ਪਿਛਲੇ ਹਫ਼ਤੇ ਸਿੱਖੇ ਸਨ, ਠੀਕ, ਅਸੀਂ 40 ਤੱਕ ਨੰਬਰ ਸਿੱਖੇ ਸੀਗੇ, ਸੋ ਉਹ ਤੁਸੀਂ ਨੰਬਰ ਇੱਥੇ ਲਿਖੋਗੇ। ਠੀਕ, 1, 2, 3, 4, 5, 6, 7, 8, 9, 10, ਤੁਸੀਂ 2 ਟਾਈਮਸ ਲਿਖਣੇ, ਇਹ ਤੁਹਾਡੇ ਕੋਲ 2 ਖਾਨੇ ਹਨ। ਫਿਰ ਅੱਗੇ 11, 12, 13, 14, 15, 16, 17, 18, 19, 20, ਤੇ ਇਸ ਤਰ੍ਹਾਂ ਕਰਕੇ ਇਹਨਾਂ ਦੋਵਾਂ ਖਾਨਿਆਂ ਦੇ ਵਿੱਚ ਤੁਸੀਂ ਥੱਲੇ ਲਿਖੋਗੇ ਤੇ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਤੇ ਤੁਹਾਨੂੰ ਨੰਬਰ ਵੀ ਆ ਜਾਣਗੇ ਤੇ ਤੁਸੀਂ ਇਸ ਤਰ੍ਹਾਂ ਆਪਣਾ ਘਰ ਦਾ ਕੰਮ ਜਿਹੜਾ ਕਰ ਲਓਗੇ ਸੋਹਣੀ ਤਰ੍ਹਾਂ। ਠੀਕ ਹੈ ਜੀ, ਸੋ ਅੱਜ ਇੰਨਾ ਹੀ, ਆਪਾਂ ਅਗਲੇ ਲੈਸਨ ਦੇ ਨਾਲ, ਅਗਲੇ ਪਾਠ ਦੇ ਨਾਲ ਫਿਰ ਮਿਲਦੇ ਹਾਂ ਅਗਲੇ ਹਫ਼ਤੇ। ਹੁਣ ਆਪਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।